ਜੀ ਸਤਿ ਸ਼੍ਰੀ ਅਕਾਲ ਦੋਸਤੋ, ਕਿਵੇਂ ਹੋ ਤੁਸੀਂ ਸਾਰੇ? ਆਓ ਤੁਹਾਨੂੰ ਅੱਜ ਪੰਜਾਬ ਦਾ ਇੱਕ ਸ਼ਹਿਰ ਘੁੰਮਾਉਂਦਾ ਵਾਂ ਜਿੱਥੇ ਆਪਾਂ ਨੂੰ ਦੇਖਣ ਨੂੰ ਮਿਲੇਗੀ ਇੱਕ ਵਾਈਲਡ ਲਾਈਫ ਸੈਂਚੁਰੀ, ਬੀਚ ਅਤੇ ਨਾਲ ਹੀ ਹਿੱਲ ਸਟੇਸ਼ਨ ਇੱਕੋ ਸ਼ਹਿਰ 'ਚ। ਅਤੇ ਕਿਹੜਾ ਸ਼ਹਿਰ ਆ ਇਹ ਮੈਂ ਤੁਹਾਨੂੰ ਉੱਥੇ ਜਾ ਕੇ ਦੱਸਾਂਗਾ, ਅਤੇ ਆਓ ਆਪਾਂ ਚੱਲਦੇ ਹਾਂ। ਸੋ ਆਪਾਂ ਰੈਡੀ ਹਾਂ, ਅਤੇ ਮਿੱਤਰ ਪਿਆਰੇ ਆਪਣੇ ਸਾਰੇ ਤਿਆਰ ਹੋ ਰਹੇ ਆ। ਅਤੇ ਇਹ ਆਪਾਂ ਰਾਤ ਨੂੰ ਇੱਥੇ ਸਟੇਅ ਕੀਤਾ ਸੀਗਾ, ਐਂਡ ਦਿਸ ਪਲੇਸ ਇਜ਼ ਐਟ ਤਲਵਾੜਾ। ਇਹਦੇ ਬਾਰੇ ਵੀ ਆਪਾਂ ਜਲਦ ਹੀ ਵਲੋਗ ਬਣਾਵਾਂਗੇ। ਅਤੇ ਬ੍ਰੇਕਫਾਸਟ ਆਪਣਾ ਤਿਆਰ ਆ, ਅਤੇ ਆਓ ਦੇਖਦੇ ਹਾਂ ਕੀ ਚੱਲ ਰਿਹਾ। ਹਨੀ ਸੇਠ ਨਾਲ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇਖ ਰਹੇ ਆ, ਅਤੇ ਨਾਲ ਬ੍ਰੈਡ ਆਮਲੇਟ ਦਾ ਆਨੰਦ ਲੈ ਰਹੇ ਆ। ਵਧੀਆ ਬਣਿਆ, ਅਤੇ ਵਧੀਆ ਬਣਿਆ। ਅਤੇ ਤੁਹਾਨੂੰ ਕੁੱਕ ਵੀ ਦਿਖਾਉਂਦੇ ਹਾਂ ਕੌਣ ਹੈ। ਆਪਾਂ ਰੁਕੇ ਗੈਸਟ ਹਾਊਸ ਸਿਆਮ, ਬਟ ਇਹਦੇ ਕੁੱਕ ਆਪਾਂ ਆਪਣਾ ਹੀ ਰੱਖਿਆ ਵਾ। ਦੋ ਬੰਦੇ ਕੁੱਕ ਆ, ਭਰਾ ਬੰਦੇ। ਇੱਧਰ ਦੇਖੋ ਕੁੱਕ ਕੌਣ ਹੈ, ਇਹਦਾ ਮੰਤਰੀ ਸਾਹਿਬ। ਮੰਤਰੀ ਸਾਹਿਬ ਤਾਂ ਕੁਕਿੰਗ ਤੋਂ ਦੂਰ ਰਹਿ ਨਹੀਂ ਨਾ ਸਕਦੇ। ਵਾਹ ਜੀ ਵਾਹ, ਬਣਾ ਲਿਆ? ਕਿਆ ਬਾਤ ਹੈ, ਕਿਆ ਬਾਤ ਹੈ। ਰਣਜੀਤ ਸਾਗਰ ਡੈਮ ਦਾ ਡਿਸਟੈਂਸ ਪਠਾਨਕੋਟ ਤੋਂ ਹੈਗਾ ਵਾ ਨੀਅਰ ਅਬਾਊਟ 28-30 ਕਿਲੋਮੀਟਰ। ਐਂਡ ਜਿਵੇਂ ਆਪਾਂ ਪਠਾਨਕੋਟ ਤੋਂ ਰਣਜੀਤ ਸਾਗਰ ਵੱਲ, ਰਣਜੀਤ ਸਾਗਰ ਡੈਮ ਵੱਲ ਮੂਵ ਕਰਦੇ ਹਾਂ, ਅਤੇ ਨਾਲ ਹੀ ਹੇਲੀ ਏਰੀਆ ਸ਼ੁਰੂ ਹੋ ਜਾਂਦਾ ਵਾ, ਅਤੇ ਬਹੁਤ ਹੀ ਸੋਹਣਾ ਰਾਹ ਵਾ। ਆਪਾਂ ਨੂੰ ਨਾਲ ਹੀ ਹਿਲਸ ਵੇਖਣੇ ਸ਼ੁਰੂ ਹੋ ਗਏ ਨੇ, ਤੁਸੀਂ ਦੇਖ ਸਕਦੇ ਹੋ। ਐਂਡ ਰਣਜੀਤ ਸਾਗਰ ਡੈਮ ਤੋਂ ਪਹਿਲਾਂ ਹੀ ਕੋਈ 2-3 ਕਿਲੋਮੀਟਰ ਪਹਿਲਾਂ ਹੀ ਇੱਕ ਰਾਹ 'ਚ ਬਹੁਤ ਵਧੀਆ ਅਟਰੈਕਸ਼ਨ ਆਉਂਦੀ ਹੈ, ਜੋ ਹੈਗਾ ਵਾ ਵਿਊ ਪੁਆਇੰਟ ਦੇ ਨਾਮ ਦੇ ਨਾਲ ਮਸ਼ਹੂਰ। ਇਹ ਇੱਕ ਬਹੁਤ ਹੀ ਕਹਿ ਲਓ ਕਿ ਅਟਰੈਕਟਿਵ ਜਗ੍ਹਾ ਵਾ, ਜਾਂ ਹਾਈਲਾਈਟਸ ਆ ਪਠਾਨਕੋਟ ਸ਼ਹਿਰ ਦੀਆਂ। ਅਤੇ ਕਾਫੀ ਲੋਕ ਇੱਥੇ ਆਉਂਦੇ ਆ, ਅਤੇ ਇੱਥੇ ਰੁਕਦੇ ਆ, ਅਤੇ ਇਸ ਚੀਜ਼ ਦਾ ਆਨੰਦ ਮਾਣਦੇ ਆ। ਤੁਸੀਂ ਦੇਖ ਸਕਦੇ ਹੋ ਇਸ ਪਲੇਸ ਦੀ ਬਿਊਟੀ ਕਿੰਨੀ ਹੈ। ਆਪਾਂ ਨੂੰ ਹਿਲਸ ਦੇਖਣ ਨੂੰ ਮਿਲ ਰਿਹਾ, ਪਾਣੀ ਦਾ ਕਲਰ ਦੇਖੋ ਤੁਸੀਂ ਕਿੰਨਾ ਸੋਹਣਾ ਵਾ, ਅਤੇ ਇੱਕ ਬਹੁਤ ਹੀ ਵਧੀਆ ਲੋਕੇਸ਼ਨ ਆ, ਬਹੁਤ ਹੀ ਵਧੀਆ ਜਗ੍ਹਾ ਬਣਿਆ ਵਾ ਇਹ ਵਿਊ ਪੁਆਇੰਟ। ਅਤੇ ਜਦ ਵੀ ਇਸ ਸਾਈਡ ਆਓ ਤਾਂ ਵਿਊ ਪੁਆਇੰਟ ਜ਼ਰੂਰ ਵਿਜ਼ਿਟ ਕਰੋ। ਜਗ੍ਹਾ ਦੀ ਬਿਊਟੀ ਵੇਖੋ ਤੁਸੀਂ, ਬਹੁਤ ਵਧੀਆ ਪਲੇਸ ਆ ਇਹ। ਇੱਥੇ ਦਾ ਵਿਊ ਪੁਆਇੰਟ ਹੈ, ਮਗਰ ਤੁਸੀਂ ਰਿਜ਼ਰਵਾਇਰ ਦੇਖ ਸਕਦੇ ਹੋ। ਅਤੇ ਪਾਣੀ ਦਾ ਰੰਗ ਵੇਖੋ ਕਿੰਨਾ ਵਧੀਆ ਸਾਫ ਇਕਦਮ। ਹੁਣ ਆਪਾਂ ਇੱਥੋਂ ਚੱਲ ਪਏ ਹਾਂ ਆਪਣੇ ਦੂਜੇ ਪੁਆਇੰਟ ਵੱਲ, ਜੋ ਕਿ ਆ ਬੀਚ। ਹਿੱਲ ਸਟੇਸ਼ਨ ਆਪਾਂ ਦੇਖ ਲਿਆ, ਹੁਣ ਆਪਾਂ ਚੱਲੇ ਹਾਂ ਬੀਚ, ਯਾਨੀ ਕਿ ਪੁਰਥੂ ਬੀਚ, ਜੋ ਕਿ ਪੈਂਦੀ ਆ ਵਿਲੇਜ ਚਮਰੌਰ। ਵਿਊ ਪੁਆਇੰਟ ਤੋਂ ਕੋਈ 6 ਕਿਲੋਮੀਟਰ ਅੱਗੇ ਆ ਇਹ ਜਗ੍ਹਾ, ਅਤੇ ਬਹੁਤ ਹੀ ਵਧੀਆ ਪਲੇਸ ਹੈ ਇੱਕ ਦਿਨ ਦੀ ਆਊਟਿੰਗ ਵਾਸਤੇ। ਇੱਥੇ ਸਟੇਇੰਗ ਆਪਸ਼ਨ ਵੀ ਅਵੇਲੇਬਲ ਆ, ਨਾਲ ਕਾਫੀ ਐਕਟੀਵਿਟੀਜ਼ ਆ, ਜਿਵੇਂ ਕਿ ਜ਼ਿਪਲਾਈਨ ਹੋ ਗਈ, ਅਤੇ ਉਹ ATVs ਫੋਰ ਕਿਡਸ, ਐਂਡ ਹੋਰ ਵੀ ਅਮਿਊਜ਼ਮੈਂਟ ਵਾਸਤੇ ਐਕਟੀਵਿਟੀਜ਼ ਹੈਗੀਆਂ ਵਾ। ਬਾਕੀ ਈਟਿੰਗ ਆਪਸ਼ਨਸ ਵੀ ਬਹੁਤ ਵਧੀਆ ਵਾ, ਅਤੇ ਜਿਹੜੀ ਮੇਨ ਗੱਲ ਆ ਕਿ ਬੋਟਿੰਗ, ਯੈਸ ਬੋਟਿੰਗ, ਬੋਟਿੰਗ ਦਾ ਨਜ਼ਾਰਾ ਤੁਸੀਂ ਇੱਥੇ ਆ ਕੇ ਲੈ ਸਕਦੇ ਹੋ। ਐਂਡ ਦਿਸ ਪਲੇਸ ਇਜ਼ ਨੇਚਰਸ ਰਿਟਰੀਟ ਕੈਂਪ। ਬਹੁਤ ਹੀ ਸੋਹਣੇ ਬਣੇ ਆ, ਰੀਸੈਂਟਲੀ ਬਣੇ ਆ, ਬਹੁਤ ਹੀ ਸੋਹਣੇ ਬਿਲਟ ਹੋਏ ਆ, ਬਹੁਤ ਹੀ ਵਧੀਆ ਫੀਲ ਆਏਗਾ ਤੁਹਾਨੂੰ, ਇੱਕ ਲਗਜ਼ਰੀਅਸ ਫੀਲ ਦਿੱਤਾ ਜਾਂਦਾ ਇੱਥੇ। ਐਂਡ ਇੱਥੇ ਦੀ ਜੋ ਮੇਨ ਗੱਲ ਹੈ ਕਿ ਜੋ ਇੱਥੋਂ ਦਾ ਵਿਊ ਆ ਨਾ, ਇੱਥੋਂ ਜੋ ਕੈਂਪਸ ਤੋਂ ਜੋ ਵਿਊ ਆ ਆਊਟਸਾਈਡ ਦਾ, ਆਪਾਂ ਨੂੰ ਲੇਕ ਦੇਖਣ ਨੂੰ ਮਿਲਦੀ ਆ, ਪਾਣੀ ਦੇਖਣ ਨੂੰ ਮਿਲਦਾ। ਬਹੁਤ ਹੀ ਸੋਹਣੀ ਪਲੇਸ ਆ, ਬਹੁਤ ਹੀ ਵਧੀਆ ਸਟੇਇੰਗ ਆਪਸ਼ਨ ਵੀ ਹੈਗਾ ਵਾ। ਐਂਡ ਇੱਥੇ ਕਾਫੀ ਤਾਂ ਨਹੀਂ ਕਹੂੰਗਾ, ਬਟ ਬਹੁਤ ਸਾਰੇ ਈਟਿੰਗ ਆਪਸ਼ਨਸ ਵੀ ਹੈਗੇ ਆ। ਛੋਟੇ ਛੋਟੇ ਲੋਕਾਂ ਨੇ ਪੁਆਇੰਟਸ ਬਣਾਏ ਹੋਏ ਆ, ਛੋਟੇ ਛੋਟੇ ਸਟਾਲਸ ਲਾਏ ਹੋਏ ਆ, ਆਲਮੋਸਟ ਹਰ ਟਾਈਪ ਦੀ ਫੂਡ ਆਪਾਂ ਨੂੰ ਮਿਲ ਹੀ ਜਾਂਦੀ ਹੈ, ਅਤੇ ਨਾਲ ਹੀ ਬੱਚਿਆਂ ਲਈ ਵੀ ਐਕਟੀਵਿਟੀਜ਼ ਕਾਫੀ ਹੈ ਇੱਥੇ। ਸੋ ਬਈ ਆਪਾਂ ਪਹੁੰਚ ਚੁੱਕੇ ਹਾਂ ਰਣਜੀਤ ਸਾਗਰ ਲੇਕ, ਅਤੇ ਤੁਸੀਂ ਪਿੱਛੇ ਦੇਖ ਸਕਦੇ ਹੋ ਲੇਕ। ਆਪਾਂ ਕਰਦੇ ਹਾਂ ਥੋੜ੍ਹੀ ਦੇਰ ਤੱਕ ਬੋਟਿੰਗ ਵਗੈਰਾ, ਅਤੇ ਕਾਫੀ ਰੌਣਕ ਮੇਲਾ ਵਾ ਇੱਥੇ, ਕਾਫੀ ਜਨਤਾ ਆਈ ਹੋਈ ਆ। ਅਤੇ ਆਹ ਦੇਖੋਗੇ ਤੁਸੀਂ ਪਿੱਛੇ ਅੰਕਲ ਉਹਨਾਂ ਦਾ ਗਰੁੱਪ ਆ, ਸਾਰੇ ਬਜ਼ੁਰਗ ਅੰਕਲ ਨੇ, ਅਤੇ ਲਾਈਫ ਇੰਜੋਏ ਕਰ ਰਹੇ, ਪੂਰੇ ਚਿੱਲ ਮੋਡ 'ਚ ਨੇ, ਇਕੱਠੇ ਹੋ ਕੇ ਆਏ ਆ ਪੁਰਾਣੇ ਯਾਰ, ਮੈਂ ਕਹਿੰਦਾ ਬਹੁਤ ਵਧੀਆ, ਮੇਕ ਗੋਡ ਬਲੈਸ ਦੈਮ, ਨਜ਼ਰ ਨਾ ਲੱਗੇ। ਅਤੇ ਅੱਗੇ ਮੈਂ ਆਪਣੇ ਮਿੱਤਰਾਂ ਨੂੰ ਵੀ ਇਹੀ ਕਹਿੰਦੇ ਕਿ ਆਪਾਂ ਵੀ ਇਸ ਏਜ ਤੱਕ ਸਾਰੇ ਇੱਦਾਂ ਹੀ ਇੰਜੋਏ ਕਰੀਏ, ਮਿਲਦੇ ਗਿਲਦੇ ਰਹੀਏ, ਇਹੀ ਲਾਈਫ ਹੈ। ਸੋ ਆਪਾਂ ਪਹੁੰਚ ਗਏ ਹਾਂ ਬੀਚ 'ਤੇ, ਯਾਨੀ ਕਿ ਪੁਰਥੂ ਬੀਚ 'ਤੇ।
ਇਹ ਪਠਾਨਕੋਟ ਦੀ ਵਨ ਆਫ ਦਾ ਹਾਈਲਾਈਟਸ ਆ ਐਂਡ ਇੱਥੇ ਆਪਾਂ ਹੁਣ ਕਰਾਂਗੇ ਬੋਟਿੰਗ ਬਹੁਤ ਹੀ ਵਧੀਆ ਡੈਸਟੀਨੇਸ਼ਨ ਆ ਅਤੇ ਫੈਮਲੀ ਡੈਸਟੀਨੇਸ਼ਨ ਆ ਯੂ ਕੈਨ ਕਮ ਵਿਦ ਫੈਮਲੀ ਦੇ ਬੱਚਿਆਂ ਦੇ ਨਾਲ ਇਹ ਲੋਕੇਸ਼ਨ ਆ ਤੁਹਾਨੂੰ ਦਿਖਾਉਂਦਾ ਐਂਡ ਬੋਟਿੰਗ ਦੇ ਆਪਸ਼ਨ ਵੀ ਹੈਗੇ ਆ ਇੱਥੇ ਬਹੁਤ ਵਧੀਆ ਪਲੇਸ ਆ ਤੁਸੀਂ ਇੱਕ ਛੋਟੀ ਜਿਹੀ ਆਊਟਿੰਗ ਮਾਰਨੀ ਹੈ ਜਾਂ ਇੱਕ ਦਿਨ ਦੀ ਸੋ ਹੈ ਨਾ ਅਤੇ ਤੁਸੀਂ ਮਾਰ ਸਕਦੇ ਹੋ ਆਜੋ ਬੋਟਿੰਗ ਟਰਾਈ ਕਰਦੇ ਹਾਂ ਸੋ ਵੀ ਆਰ ਰੈਡੀ ਫੋਰ ਦਾ ਬੋਟਿੰਗ ਚਲੋ ਬਾਈ ਚੜੋ ਚਲੋ ਚਲੋ ਸ਼ਾਬਾਸ਼ ਸ਼ਾਬਾਸ਼ ਚਲੋ ਬਾਜਵਾ ਸਾਹਿਬ ਮੈਂ ਇੱਥੇ ਕਿ ਠੀਕ ਆਪਾਂ ਅੱਗੇ ਬਹਿੰਦੇ ਸਾਰੇ ਨਾ ਭਰਾ ਮੈਂ ਇੱਥੇ ਪਊ ਬਾਈ ਸਾਰੇ ਗੇਅਰ ਇੱਕ ਵਾਰੀ ਪਾ ਦੇ ਭਾਈ ਦਿਸ ਇਜ਼ ਸਮਥਿੰਗ ਭਾਈ ਅਰੇ ਭਾਈ ਮੌਜ ਕਰਦੀ ਮੌਜ ਕਰਦੀ ਮੌਜ ਕਰਦੀ ਮੌਜ ਬਾਜਵਾ ਸਾਹਿਬ ਯੋ ਯੋ ਬਾਜਵਾ ਸਾਹਿਬ ਆਜ ਚਾਰੋ ਕਿਹੜੇ ਆ ਫੜੋ ਬਾਈ ਫੜੋ ਮੱਛੀ ਫੜੋ ਵਿੱਚੋਂ ਐਕੁਆਮੈਨ ਓ ਐਕੁਆਮੈਨ ਮਾਰਸ਼ਲ ਬਾਈ ਬਹੁਤ ਜ਼ਬਰਦਸਤ ਐਕਸਪੀਰੀਅੰਸ ਆ ਮੈਂ ਤਾਂ ਇਹ ਕਹੂੰਗਾ ਕਿ ਸਾਰੇ ਆਓ ਇੱਕ ਛੋਟਾ ਜਿਹਾ ਟ੍ਰਿਪ ਆ ਸਵੇਰੇ ਟਾਈਮ ਨਾਲ ਆਓ ਇੱਥੇ ਵਿਦ ਫੈਮਲੀ ਬੱਚਿਆਂ ਲਈ ਵੀ ਬਹੁਤ ਕੁਛ ਇੱਥੇ ਹੈਗਾ ਕਰਨ ਨੂੰ ਐਕਟੀਵਿਟੀ ਅਤੇ ਬੋਟਿੰਗ ਕਰੋ ਇੰਜੋਏ ਕਰੋ ਮਜ਼ਾ ਆ ਗਿਆ ਵੇਸ ਦੇਖੋ ਯਾਰ ਕਿੰਨੀ ਜ਼ਬਰਦਸਤ ਆ ਸੋ ਆਪਾਂ ਹਿੱਲ ਸਟੇਸ਼ਨ ਦੇਖ ਲਿਆ ਆਪਾਂ ਪੁਰਥੂ ਬੀਚ ਦੇਖ ਲਈ ਐਂਡ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀਗਾ ਕਿ ਵਾਈਲਡ ਲਾਈਫ ਸੈਂਚਰੀ ਆ ਬਟ ਉਹ ਤੁਹਾਨੂੰ ਦੇਖਣ ਨੂੰ ਮਿਲੇਗੀ ਮੇਰੇ ਨੈਕਸਟ ਵਲੋਗ 'ਚ ਅਤੇ ਉਹਦੇ ਲਈ ਜ਼ਰੂਰ ਮੈਨੂੰ ਸਬਸਕ੍ਰਾਈਬ ਕਰੋ ਫੋਰ ਮਾਈ ਅਪਕਮਿੰਗ ਵੀਡੀਓਜ਼ ਐਂਡ ਬਹੁਤ ਬਹੁਤ ਥੈਂਕਸ ਤੁਹਾਡਾ ਸਾਰਿਆਂ ਦਾ ਮੇਰੀ ਵੀਡੀਓ ਦੇਖਣ ਲਈ ਅਤੇ ਜ਼ਰੂਰ ਲਾਈਕ ਕਰੋ ਐਂਡ ਪਲੀਜ਼ ਸਬਸਕ੍ਰਾਈਬ ਕਰੋ
चलो ला भाई बोटिंग करके तो आ गया बड़ा मज़ा। तो हम बाजवा साहब सू लैके जा रहे हैं डैम से, इन्हों की सिक्योरिटी इतें ही होंगी है बाजवा साहब डैम से। हम आप डैम देखते हैं जे पॉसिबल होया तो। सो अज का दिन तो अज की वीडियो इतें खत्म होंगी है, तो बहुत ही जल्द मैं अपना अगला ब्लॉग लैके आऊँगा जिस मैं तुम दिखाऊँगा वाइल्ड लाइफ सेंचुरी। थैंक्स फॉर वॉचिंग गाइज एंड प्लीज़ सबसक्राइब।